ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਵੋਂ ਤਿਉਂ ਬੋਲਾਂ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਸਾਹਿਬ ਜੀ ਸਲੋਕ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ਼੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਿਸੰਭਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਅੱਖਰ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਨੀ ਨਿਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਸਦਕਾ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਪਾਵਣ ਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਗੁਰਮੁਖੋ, ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਤਕਰੀਬਨ ਹਰ ਗੁਰਸਿੱਖ ਇਸਦਾ ਪਾਠ ਕਰਦਾ ਆ, ਗੁਰੂ ਘਰਾਂ ਵਿੱਚ, ਘਰਾਂ ਆਪਣਿਆਂ ਘਰਾਂ ਵਿੱਚ ਵੀ, ਕਾਰੋਬਾਰ 'ਤੇ ਜਾਂਦਿਆਂ ਫਿਰਦਿਆਂ ਵੀ ਬਹੁਤ ਸਾਰੀ ਸੰਗਤ ਨੂੰ ਪਾਵਣ ਬਾਣੀ ਜ਼ੁਬਾਨੀ ਵੀ ਕੰਠ ਹੈ। ਸੋ ਇਸ ਕਰਕੇ ਗੁਰੂ ਸਾਹਿਬ ਮਹਾਰਾਜ ਦੀ ਰਹਿਮਤ ਬਖਸ਼ਿਸ਼ ਕਿਰਪਾ ਸਦਕਾ ਅਤੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ ਸੰਗਤ ਦੀ ਅਸੀਸ ਨਾਲ ਗੁਰੂ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀ ਇਹ ਪਾਵਨ ਬਾਣੀ ਮਨੁੱਖ ਦੇ ਅੰਦਰ ਇੱਕ ਐਸਾ ਧਰਵਾਸ ਪੈਦਾ ਕਰਦੀ ਹੈ, ਜੇ ਮਨੁੱਖ ਆਪਣੀ ਜ਼ਿੰਦਗੀ ਤੋਂ ਰਸਤੇ ਤੋਂ ਕਿਤੇ ਭਟਕਿਆ ਹੈ, ਭੁੱਲਿਆ ਹੈ, ਮਨ 'ਚ ਟਿਕਾਓ ਸ਼ਾਂਤੀ ਨਹੀਂ ਹੈ ਨਾ, ਤਾਂ ਸਤਿਗੁਰੂ ਸਾਹਿਬ ਨੇ ਆਖਿਆ ਹੈ ਵੀ ਪਾਵਨ ਬਾਣੀ ਨਾਲ ਜੁੜਨਾ ਕਰ। ਅਸੀਂ ਇਹ ਨਹੀਂ ਕਹਿ ਰਹੇ ਵੀ ਇੱਕ ਬਾਣੀ ਵਿੱਚ ਇੰਨੀ ਤਾਕਤ ਤਾਂ ਦੂਸਰੀ ਬਾਣੀ 'ਚ ਘੱਟ ਹੈ। ਸਮੁੱਚੀ ਬਾਣੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ, ਵੱਖਰੀ ਵੱਖਰੀ ਵਿਚਾਰ ਦੀ ਮਾਲਕ ਨਹੀਂ ਹੈ। ਸਤਿਗੁਰ ਦੀ ਸਮੁੱਚੀ ਬਾਣੀ ਇੱਕੋ ਜੀ ਤਾਕਤ ਰੱਖਦੀ ਹੈ। ਭਾਵੇਂ ਤੁਸੀਂ ਸੁਖਮਨੀ ਸਾਹਿਬ ਪੜ੍ਹ ਲਓ ਤਾਂ ਵੀ ਓਨਾ ਹੀ ਫਲ ਮਿਲਣਾ ਹੈ, ਭਾਵੇਂ ਸਿੱਧ ਗੋਸ਼ਟ ਪੜ੍ਹ ਲਓ ਤਾਂ ਵੀ ਫਲ ਓਨਾ ਹੀ ਮਿਲਣਾ ਹੈ। ਬਾਣੀ ਕੋਈ ਵੀ ਪੜ੍ਹੋ, ਕਿਸੇ ਵੇਲੇ ਜਿਸ ਵੇਲੇ ਮਰਜ਼ੀ ਪੜ੍ਹੋ, ਇਹ ਨਹੀਂ ਕਹਿਣਾ ਵੀ ਇਸ ਬਾਣੀ ਦਾ ਮਹਾਤਮ ਜ਼ਿਆਦਾ ਆ ਅਤੇ ਇਸ ਬਾਣੀ ਦਾ ਮਹਾਤਮ ਘੱਟ ਆ।
ਗੁਰੂ ਸਾਹਿਬ ਦੀ ਫਿਰ ਆਪਾਂ ਇਸ ਬਾਣੀ ਜੇ ਇਹ ਸੋਚ ਰੱਖ ਕੇ ਪਾਠ ਕਰਦੇ ਹਾਂ ਤਾਂ ਫਿਰ ਸਾਡੇ ਜਿਹਨ ਵਿੱਚ ਇੱਕ ਖਿਆਲ ਆਉਂਦਾ ਵੀ ਸ਼ਾਇਦ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਸ੍ਰੀ ਸੁਖਮਨੀ ਸਾਹਿਬ ਬਾਣੀ ਉਚਾਰੀ ਆ ਉਹਦੇ ਵਿੱਚ ਹੀ ਜ਼ਿਆਦਾ ਤਾਕਤ ਆ ਅਤੇ ਬਾਕੀ ਬਾਣੀਆਂ 'ਚ ਘੱਟ ਹੈ। ਨਹੀਂ, ਇਹ ਸਿਰਫ ਸਾਡੀ ਸੋਚ ਆ, ਸਾਡੀ ਸਮਝ ਆ। ਸਤਿਗੁਰ ਦੀ ਸਮੁੱਚੀ ਬਾਣੀ ਮਨੁੱਖ ਦੇ ਹਿਰਦੇ ਨੂੰ ਠੰਡਕ, ਤਰਵਾਸ, ਭਰੋਸਾ ਦਿਵਾਉਂਦੀ ਹੈ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅਕਸਰ ਸਿੱਖ ਪੜ੍ਹਦੇ ਸੁਣਦੇ ਹਨ। ਨੇਮ ਬਣਿਆ ਹੋਇਆ ਹੈ ਕਈਆਂ ਦਾ ਸ੍ਰੀ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਨ ਦਾ। ਚੰਗੀ ਗੱਲ ਹੈ, ਬਣਾ ਲੈਣਾ ਵੀ ਚਾਹੀਦਾ ਹੈ, ਪਰ ਇਹ ਬਾਣੀ ਮਨ ਨੂੰ ਕਿੰਨਾ ਕੁ ਟਿਕਾ ਬਖਸ਼ਦੀ ਹੈ, ਕਿੰਨਾ ਕੁ ਮਨ ਨੂੰ ਸੁੱਖ ਚੈਨ ਬਖਸ਼ਦੀ ਹੈ, ਇਹਦੇ ਬਾਰੇ ਇੱਕ ਬੜੀ ਪਿਆਰੀ ਗਾਥਾ ਆਪਣਾ ਇਤਿਹਾਸ ਦੀ ਸਾਂਝੀ ਕਰਦਾ। ਲਾਹੌਰ ਦੇ ਵਿੱਚ ਇੱਕ ਆਦਮੀ ਜਿਹੜਾ ਸਰਕਾਰੀ ਦਰਬਾਰੇ ਨੌਕਰੀ ਕਰਦਾ ਸੀ, ਸਰੀਰਕ ਐਸਾ ਕੋ ਰੋਗ ਲੱਗਾ ਵੀ ਉਹਦਾ ਖੂਨ ਪਾਣੀ ਬਣਨਾ ਸ਼ੁਰੂ ਹੋ ਗਿਆ। ਦਰਦਾਂ ਸਰੀਰ ਨੂੰ ਪਰੇਸ਼ਾਨ ਕਰਦੀਆਂ ਸੀ, ਦੁੱਖ ਦਿੰਦੀਆਂ ਸੀ, ਬੜਾ ਦੁਖੀ ਸੀ। ਘਰਦਿਆਂ ਸੋਚਿਆ ਇਹਦਾ ਹੁਣ ਕੋਈ ਇਲਾਜ ਨਹੀਂ ਹੋਏਗਾ, ਮੰਜੇ 'ਤੇ ਪਾ ਦਿੱਤਾ। ਤੜਪਦਾ ਸੀ, ਕੁਰਲਾ ਰਿਹਾ ਸੀ, ਜਲੌਧਰ ਦਾ ਰੋਗ ਉਹਨੂੰ ਲੱਗਾ ਸੀ। ਘਰ ਦੇ ਨੇੜੇ ਇੱਕ ਗੁਰਸਿੱਖ ਦਾ ਘਰ ਸੀ, ਹੈ ਉਹ ਮੁਸਲਮਾਨ ਸੀ, ਉਹਦਾ ਨਾਮ ਵਜ਼ੀਰ ਖਾਂ ਆ। ਇਹ ਵਜ਼ੀਰ ਖਾਂ ਉਹ ਨਹੀਂ ਆ, ਕਿਉਂਕਿ ਵਜ਼ੀਰ ਖਾਂ ਇਹਦਾ ਮੈਂ ਜ਼ਿਕਰ ਕਰਦਾ ਵੀ ਇਹ ਕੌਣ ਸੀ, ਅੱਗੇ ਜਾ ਕੇ ਦੱਸ ਦਿੰਦਾ। ਇਹਦੇ ਘਰ ਦੇ ਨੇੜੇ ਗੁਰਸਿੱਖ ਦਾ ਘਰ ਸੀ, ਗੁਰਸਿੱਖ ਦਾ ਨੇਮ ਸੀ, ਉਹ ਬਾਣੀ ਸ੍ਰੀ ਸੁਖਮਨੀ ਸਾਹਿਬ ਪੜ੍ਹਦਾ ਸੀ, ਜਿੱਥੇ ਬਾਕੀ ਨੇਮ ਨਿਭਾਉਂਦਾ। ਉਹਨੇ ਆਪਣੀ ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਬਾਣੀ ਦਾ ਨੇਮ ਵੀ ਰੱਖਿਆ ਹੋਇਆ ਸੀ। ਇੰਨੇ ਰਸ ਭਿੰਨੇ ਆਵਾਜ਼ ਨਾਲ, ਬੜੀ ਪਿਆਰ ਸੁਰੀਲੀ ਆਵਾਜ਼ ਨਾਲ ਪੜ੍ਹਦਾ ਸੀ, ਆਸ ਪਾਸ ਉਹਦੀ ਆਵਾਜ਼ ਸੁਣ ਜਾਂਦੀ ਸੀ, ਕਿਉਂਕਿ ਉਦੋਂ ਅੱਜ ਦੇ ਵਾਂਗ ਲਾਊਡ ਸਪੀਕਰਾਂ ਦਾ ਸ਼ੋਰ ਨਹੀਂ ਸੀਗਾ। ਅਤੇ ਪ੍ਰਭਾਤ ਵੇਲੇ ਜਦੋਂ ਉਹਨੇ ਪੜ੍ਹਨੀ ਤਾਂ ਬੜੀ ਸ਼ਾਂਤੀ ਹੋਣੀ। ਉਹਦੇ ਕੰਨਾਂ ਵਿੱਚ ਉਹ ਆਵਾਜ਼ ਪੈਣੀ ਤਾਂ ਉਹਨੇ ਬੜੇ ਗੌਰ ਨਾਲ ਸੁਣਨਾ ਅਤੇ ਮਹਿਸੂਸ ਕਰਨਾ। ਇੰਜ ਉਹਨੇ ਮੰਜੇ 'ਤੇ ਪਏ ਨੇ ਮਹਿਸੂਸ ਕਰਨਾ ਵੀ ਜਿਵੇਂ ਮੈਂ ਉਹਦੇ ਕੋਲ ਬੈਠਾ ਸੁਣ ਰਿਹਾ ਵਾਂ। ਅਤੇ ਜਿੰਨਾ ਚਿਰ ਉਹਦਾ ਧਿਆਨ ਉਹ ਸਤਿਗੁਰ ਦੀ ਬਾਣੀ ਵੱਲ ਜਾਣਾ ਅਤੇ ਉਹਨੂੰ ਓਨਾ ਚਿਰ ਕੋਈ ਦਰਦ ਮਹਿਸੂਸ ਹੋਣਾ ਹੀ ਨਾ। ਉਹਦਾ ਜਿਹੜਾ ਧਿਆਨ ਸੀ ਉਹ ਡਿਵਰਟ ਹੋ ਜਾਂਦਾ ਸੀਗਾ, ਉੱਧਰ ਉਸ ਪਾਸੇ ਲੱਗ ਜਾਂਦਾ ਸੀ ਵੀ ਜਿਸ ਪਾਸੇ ਸਤਿਗੁਰ ਦੀ ਬਾਣੀ ਦੀ ਆਵਾਜ਼ ਆਉਂਦੀ ਸੀ। ਜੁੜਿਆ ਘਰਦਿਆਂ ਨੂੰ ਇੱਕ ਦਿਨ ਕਹਿਣ ਲੱਗਾ ਵੀ ਜਿਹੜਾ ਸਵੇਰੇ ਸਵੇਰੇ ਰੋਜ਼ ਕੋਈ ਕਲਾਮ ਪੜ੍ਹਦਾ ਹੈ ਨਾ, ਉਹਨੂੰ ਕਿਹੋ ਮੈਨੂੰ ਇੱਕ ਵਾਰੀ ਮਿਲੇ ਆ ਕੇ। ਘਰਦਿਆਂ ਨੇ ਉਹਦਾ ਸੁਨੇਹਾ ਉਸ ਗੁਰਸਿੱਖ ਨੂੰ ਦਿੱਤਾ। ਗੁਰਸਿੱਖ ਆਇਆ ਮਿਲਣ ਵਾਸਤੇ ਅਤੇ ਉਹਨੂੰ ਹੱਥ ਜੋੜ ਕੇ ਆਖਣ ਲੱਗਾ, ਪਤਾ ਨਹੀਂ ਤੂੰ ਕੀ ਕਲਾਮ ਪੜ੍ਹਦਾ, ਪਤਾ ਨਹੀਂ ਕਿਹੜੀ ਕਲਾਮ ਪੜ੍ਹਦਾ, ਪਰ ਜਦੋਂ ਪੜ੍ਹਦਾ ਮੈਨੂੰ ਸਕੂਨ ਮਿਲਦਾ, ਮੈਨੂੰ ਦਰਦਾਂ ਦੁੱਖ ਰੋਗ ਸਭ ਭੁੱਲ ਜਾਂਦੇ ਨੇ। ਤੂੰ ਐਵੇਂ ਕਰਿਆ ਕਰ, ਮੇਰੇ ਕੋਲ ਜਿਹੜੀ ਕਲਾਮ ਪੜ੍ਹਦਾ ਮੇਰੇ ਕੋਲ ਬੈਠ ਕੇ ਪੜ੍ਹਿਆ ਕਰੇਗਾ। ਉਹਨੇ ਕਿਹਾ ਕੋਈ ਗੱਲ ਨਹੀਂ, ਪੜ੍ਹਦਿਆ ਕਰਾਂਗਾ। ਉਹ ਜਿਵੇਂ ਜਿਵੇਂ ਕੋਲ ਆ ਕੇ ਉਹਦੇ ਉਹ ਬਾਣੀ ਸਤਿਗੁਰੂ ਸਾਹਿਬ ਦੀ ਬਾਣੀ ਪੜ੍ਹਦਾ, ਉਹਨੂੰ ਬੜਾ ਆਨੰਦ ਆਉਂਦਾ, ਟਿਕਾ ਮਿਲਦਾ। ਉਹ ਕਹਿਣ ਲੱਗਾ ਇਹ ਕਲਾਮ ਕਿਹਦੀ ਆ? ਕਹਿੰਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ। ਕਹਿੰਦਾ ਕਿੱਥੇ ਨੇ ਉਹ? ਕਹਿੰਦਾ ਅੰਮ੍ਰਿਤਸਰ ਸਾਹਿਬ। ਕਹਿੰਦਾ ਮੈਨੂੰ ਮਿਲਾ ਦੋਗੇ, ਦਰਸ਼ਨ ਕਰਾਓਗੇ? ਗੁਰਸਿੱਖ ਕਹਿੰਦਾ ਹਾਂ ਕੋਈ ਗੱਲ ਨਹੀਂ, ਤੈਨੂੰ ਲੈ ਜਾਂਦੇ ਆਪਾਂ ਅੰਮ੍ਰਿਤਸਰ। ਮੰਜੇ 'ਤੇ ਪਾਇਆ, ਚੁੱਕ ਕੇ ਗੱਡੇ 'ਤੇ ਮੰਜਾ ਰੱਖਿਆ, ਅਤੇ ਗੱਡੇ 'ਤੇ ਮੰਜੇ 'ਤੇ ਮੰਜਾ ਰੱਖ ਕੇ ਉੱਤੇ ਲੰਮੇ ਪਾ ਕੇ ਤੈਨੂੰ ਅੰਮ੍ਰਿਤਸਰ ਲੈ ਜਾਏ। ਉਦੋਂ ਇਸ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਸਤਿਗੁਰੂ ਸਾਹਿਬ ਜੀ ਦੀ ਇਸ ਹਰਿਮੰਦਰ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀ। ਜਿੱਥੇ ਦੁੱਖ ਭੰਜਨੀ ਮੇਰੀ ਹੈ ਨਾ, ਤੁਸੀਂ ਦਰਸ਼ਨ ਕਰਿਓ, ਉਹਦੇ ਨਾਲ ਇੱਕ ਥੜਾ ਬਣਿਆ, ਬੜਾ ਪਿਆਰਾ ਉੱਚਾ ਸਾਰਾ ਬਣਿਆ ਹੋਇਆ ਆ।
ਜਿੱਧਰ ਬੀਬੀਆਂ ਇਸ਼ਨਾਨ ਕਰਦੀਆਂ ਉਸ ਪਾਸੇ ਤੇ ਬਿਲਕੁਲ ਨਾਲ ਹੀ ਉੱਥੇ ਇਹਨੂੰ ਮੰਜੇ ਤੇ ਮੰਜੇ ਤੋਂ ਲਾ ਕੇ ਥੱਲੇ ਜ਼ਮੀਨ ਤੇ ਲੰਮੇ ਪਾ ਦਿੱਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਉਸ ਸਿੱਖ ਨੇ ਜਾ ਕੇ ਦੱਸਿਆ, ਮਹਾਰਾਜ ਇਸ ਤਰ੍ਹਾਂ ਸਤਿਗੁਰੂ ਦੀ ਆਪ ਜੀ ਪਾਵਨ ਬਾਣੀ ਪੜ੍ਹਦਾ ਸੀ, ਇਹਨੂੰ ਸਕੂਨ ਮਿਲਦਾ, ਇਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ, ਸਤਿਗੁਰੂ ਸਾਹਿਬ ਇਹਦਾ ਰੋਗ ਕੱਟ ਦਿਓ। ਸਰੀਰ ਪਾਣੀ ਨਾਲ ਫੁੱਲ ਚੁੱਕਾ ਸੀ, ਕਾਫੀ ਜ਼ਿਆਦਾ ਪੇਟ ਭਰ ਚੁੱਕਾ ਸੀ ਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸੁਭਾਵਕ ਬਚਨ ਕਰ ਦਿੱਤਾ ਬਾ ਬੁੱਢਾ ਸਾਹਿਬ ਜੀ ਨੂੰ। ਬਾ ਬੁੱਢਾ ਸਾਹਿਬ ਜੀ ਉੱਥੇ ਟੋਕਰੀ ਮਿੱਟੀ ਦੀ ਸਿਰ ਤੇ ਚੁੱਕੀ ਤੇ ਤੁਰੇ ਆ ਰਹੇ ਸੀ। ਪੰਜਵੇਂ ਪਾਤਸ਼ਾਹ ਕਹਿਣ ਲੱਗੇ ਵੀ ਬਾਬਾ ਜੀ ਇਹਦਾ ਇਲਾਜ ਕਰਿਓ ਫੜ ਕੇ ਆ ਕੇ। ਉਹ ਕਹਿਣ ਲੱਗੇ, ਮਹਾਰਾਜ ਮੇਰੇ ਕੋਲ ਕੀ ਇਲਾਜ, ਸਾਰੇ ਦੁੱਖਾਂ ਦੀ ਦਾਰੂ ਤਾਂ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਕੋਲ ਹੈ, ਇਸ ਗਰੀਬ ਬੰਦੇ ਕੋਲ ਕੀ ਹੈ। ਆਪਣੇ ਆਪ ਦੀ ਨਿਮਰਤਾ ਭਾਵ ਪ੍ਰਗਟਾਉਂਦੇ ਨੇ, ਮਹਾਰਾਜ ਮੇਰੇ ਕੋਲ ਕੀ ਹੈ ਮੈਂ ਇਹਨਾਂ ਦਾ ਦੁੱਖ ਦੂਰ ਕਰ ਸਕਾਂ। ਜਦੋਂ ਸਤਿਗੁਰੂ ਮਹਾਰਾਜ ਮੇਰਾ ਵਾਹਿਗੁਰੂ ਗੋਬਿੰਦਾ ਹੈਗਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਿਉਂ ਗਾਹਾਂ, ਤੁਸੀਂ ਜੋ ਹੈਗੇ ਜੇ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜੀ ਟੋਕਰੀ ਚੁੱਕੀ ਆ ਨਾ ਮਿੱਟੀ ਦੀ, ਇਹਦੇ ਢਿੱਡ ਤੇ ਮਾਰ ਏਦਾਂ ਹੀ। ਉਹ ਬਾਬਾ ਬੁੱਢਾ ਸਾਹਿਬ ਨੇ ਹੁਕਮ ਮੰਨ ਕੇ ਮਾਰੀ ਤੇ ਉਹਦੇ ਸਰੀਰ ਦਾ ਉਹ ਪਾਣੀ ਨਿਕਲ ਆਇਆ। ਉਸ ਤੋਂ ਬਾਅਦ ਉਹਨੂੰ ਕਦੇ ਜਲੌਧਰ ਦਾ ਰੋਗ ਨਹੀਂ ਹੋਇਆ। ਤੁਸੀਂ ਉੱਥੇ ਜਾ ਕੇ ਪੜ੍ਹੋਗੇ, ਬੋਰਡ ਲਿਖਿਆ ਹੋਇਆ ਉੱਥੇ, ਵਜ਼ੀਰ ਖਾਂ ਦਾ ਜਲੌਧਰ ਦਾ ਰੋਗ ਪੰਜਵੇਂ ਪਾਤਸ਼ਾਹ ਨੂੰ ਉੱਥੇ ਠੀਕ ਕੀਤਾ। ਉਹ ਐਸਾ ਗੁਰੂ ਅਰਜਨ ਦੇਵ ਸਾਹਿਬ ਦਾ ਪਿਆਰਾ ਸਿੱਖ ਬਣਿਆ, ਭਾਵੇਂ ਨੌਕਰੀ ਸਰਕਾਰੀ ਦਰਬਾਰੇ ਕਰਦਾ ਰਿਹਾ ਤੇ ਗੁਰੂ ਸਾਹਿਬ ਦੀ ਇਹ ਸੁਖਮਨੀ ਸਾਹਿਬ ਦੀ ਬਾਣੀ ਉਹਨੇ ਜ਼ੁਬਾਨੀ ਯਾਦ ਕਰ ਲਈ। ਉਹ ਜਿੱਥੇ ਵੀ ਕਿਤੇ ਨੌਕਰੀ ਭਾਵੇਂ ਸਰਕਾਰੇ ਕਰਦਾ ਸੀ, ਜਹਾਂਗੀਰ ਦੇ ਕੋਲ ਵੀ ਨੌਕਰੀ ਕਰਨ ਲੱਗ ਪਿਆ ਸੀ ਉਹ, ਪਰ ਉੱਥੇ ਵੀ ਉਹ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਗਿਆ। ਬਹੁਤ ਲੰਮਾ ਸਮਾਂ ਇਹ ਸਿੱਖੀ ਦੇ ਇਹਨੇ ਸਿੱਖੀ ਨਾਲ ਪਿਆਰ ਰੱਖਿਆ ਆ, ਰਹਿੰਦਾ ਵੀ ਰਿਹਾ। ਜਦੋਂ ਪੰਜਵੇਂ ਪਾਤਸ਼ਾਹ ਜੀ ਨੂੰ ਸੰਮਣ ਜਾਰੀ ਕੀਤੇ ਨਾ ਜਹਾਂਗੀਰ ਨੇ, ਉਹਨਾਂ ਉਹ ਸੁਨੇਹਾ ਲੈ ਕੇ ਆਉਣ ਵਾਲਾ ਵੀ ਵਜ਼ੀਰ ਖਾਨ ਸੀ ਤੇ ਪੰਜਵੇਂ ਪਾਤਸ਼ਾਹ ਨੂੰ ਲਾਹੌਰ ਲੈ ਕੇ ਅਦਬ ਦੇ ਨਾਲ ਲੈ ਕੇ ਜਾਣ ਵਾਲਾ ਵੀ ਵਜ਼ੀਰ ਖਾਨ ਸੀ, ਇਹ ਉਹੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਪਰ ਜੋ ਸਰਕਾਰੀ ਹਾਕਮ ਹਮਲਾ ਕਰਨ ਦੀਆਂ ਵਿਉਂਤਾਂ ਬਣਾਉਂਦੇ ਸੀ, ਉਹਨਾਂ ਦੀਆਂ ਬਹੁਤ ਸਾਰੀਆਂ ਵਿਉਂਤਾਂ ਨੂੰ ਨਾਕਾਮ ਕਰਨ ਵਾਲਾ ਵਜ਼ੀਰ ਖਾਨ ਸੀਗਾ। ਸਾਈਂ ਮੀਆਂ ਮੀਰ ਨਾਲ ਬੜਾ ਪ੍ਰੇਮ ਪੈ ਗਿਆ ਸੀ ਇਹਦਾ। ਬੜਾ ਲੰਮਾ ਸਮਾਂ ਇਹਨੇ ਗੁਰੂ ਸਤਿਗੁਰੂ ਪਾਤਸ਼ਾਹ ਦੀ ਸਿੱਖੀ ਨਾਲ ਜੁੜ ਕੇ ਆਪਣਾ ਸਮਾਂ ਬਿਤਾਇਆ, ਜੀਵਨ ਬਿਤਾਇਆ। ਇਹ ਜ਼ਿਕਰ ਆਪਣਾ ਸਾਂਝਾ ਕੀਤਾ ਵੀ ਜੇ ਉਸ ਗੁਰਸਿੱਖ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨਾਲ ਆਪਣਾ ਹਿਰਦਾ ਜੋੜਿਆ ਤੇ ਮਹਾਰਾਜ ਨੇ ਜਿੱਥੇ ਦੁੱਖ ਦੂਰ ਦਲਿੱਦਰ ਦੂਰ ਕੀਤੇ ਨਾ ਰੋਗ ਦੂਰ ਕੀਤੇ ਆ, ਉੱਥੇ ਮਨ ਨੂੰ ਟਿਕਾ ਵੀ ਬਖਸ਼ਿਆ ਹੈ, ਸ਼ਕਾਂਤੀ ਵੀ ਬਖਸ਼ੀ ਹੈ। ਤੇ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਕਹਿੰਦੇ ਗੌੜੀ ਸੁਖਮਨੀ ਮਹੱਲਾ ਪੰਜਵਾਂ, ਗੌੜੀ ਰਾਗ ਹੈ, ਬਾਣੀ ਦਾ ਨਾਮ ਸੁਖਮਨੀ ਹੈ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਫਿਰ ਅੱਗੇ ਹੈ ਸਲੋਕ, ਇੱਕ ਛੰਦ ਦੀ ਕਿਸਮ ਹੈ। ਫਿਰ ਮਹਾਰਾਜ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ, ਸਾਰੀ ਜਗ੍ਹਾ ਰਮਿਆ ਹੋਇਆ ਹੈ ਤੇ ਸਤਿਗੁਰ ਪ੍ਰਸਾਦ, ਉਹ ਜਿਹੜਾ ਵਾਹਿਗੁਰੂ ਰਮਿਆ ਹੋਇਆ ਨਾ, ਉਹ ਸਤਿਗੁਰ ਦਾ ਸਤਿਗੁਰ ਪ੍ਰਸਾਦ ਦਾ ਭਾਵ ਹੈ ਵੀ ਗੁਰੂ ਦੀ ਕਿਰਪਾ ਨਾਲ ਮਿਲਦਾ। ਜਿਹੜਾ ਸਾਰੀ ਜਗ੍ਹਾ 'ਤੇ ਇੱਕ ਓਅੰਕਾਰ ਹੋ ਕੇ ਵਰਤ ਰਿਹਾ ਹੈ ਨਾ, ਉਹ ਇੱਕ ਓਅੰਕਾਰ ਨੂੰ ਜੇ ਮਿਲਣਾ ਆ, ਇੱਕ ਅਕਾਲ ਪੁਰਖ ਨੂੰ ਜੇ ਮਿਲਣਾ ਆ, ਤਾਂ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਜਾ ਸਕਦਾ ਆ। ਫਿਰ ਮਹਾਰਾਜ ਨੇ ਬਾਣੀ ਦਾ ਆਰੰਭ ਕਰਦਿਆਂ ਜ਼ਿਕਰ ਕੀਤਾ, ਆਦਿ ਗੁਰੇ ਨਮ ਹੈ। ਆਦਿ ਗੁਰੇ ਦਾ ਅਰਥ ਆਪਾਂ ਜੇ ਵੇਖਣਾ ਹੈ ਤਾਂ ਜਪਜੀ ਸਾਹਿਬ ਦੇ ਪਹਿਲੇ ਸਲੋਕ 'ਚ ਵਿਚਾਰ ਲਈਏ ਵੀ ਆਦਿ ਸੱਚ ਜੁਗਾਦ ਸੱਚ
है भी सच नानक होसी भी सच भाव आदि तू भाव जदों संसार नहीं सी ना बनिया ओ आदि काल वेले तो जो पहला तो सीगा उस अकाल पुरख नू भी नमस्कार आदि गुरे नमः उस अकाल पुरख नू उस वाहेगुरु नू नमस्कार जो आदि काल तो है उस गुरु नू उस वाहेगुरु नू नमस्कार। बाणी विच बहुत वारी जिक्र आया बंदना जिक्र आया सजदा जिक्र आया है पर एक गल सच है सजदा करना किनू है नमस्कार करनी किनू ये भी सिखा रहे ने गुरु साहब। असी तो इन्ने को भुल गए हाँ इन्ने को कुराहे पै गए हाँ सच करके या कुत्तियां नू भी लोग मथा टेकन लग पे कि काला कुत्ता होंदा बड़ा कर्मा वाला है जी। लोग तो जानवर के खुर भी धोन लग पे ने पशुआ के खुरां नू मथे टेकन लग पे ने। सानू तो परम गुरु साहब सिखा रहे भी नमस्कार कर तेरा सिर बड़ा कीमती है जने खने अगे ना चुकाया कर इहदी कीमत वह जानदा आ जिहड़ा आप कीमतवान होएगा। सतगुर नमस्कार करन दी जाच बड़ी प्यारी सिखाउंदे ने। एक बचन पढ़ दिओ बंदना हर बंदना गुण गावो गोपाल राय। महाराज कहिंदे बंदना मेरी उस अकाल पुरख नू वाहिगुरु नू ते गुण बंदना हर बंदना फिर क्या गुण गावो गोपाल राय। मैं उस बंदना करदा उस वाहिगुरु अकाल पुरख नू ते उहदे गुण गाउना हाँ। किन्नी क वारी वंदना करा अच्छा मैं आखा मैं एक वारी एक वार सिर झुका दा ते हुण दिल नहीं करदा। गुरु साहिब ने जिन्नी वार मर्जी झुका जिन्नी वार झुकाएगा उन्नी वरी ही असीस मिलनी है। तुसी शब्द पढ़ दिओ ना बाणी विच्चों डंडौत बंधन अनकबार सर्ब कला समरथ डोलन ते राखो प्रभु नानक दे कर हाथ। वो डोलन डोलदे होए नू भी हाथ दे के रख लैंदा जो उहदे अगे वंदना कीती है। तां जिन्हां नू पता है साडा सिर मालक दे अगे झुकदा कीमती है जने खणे अगे नहीं झुकदा। छोटी जी बड़ी प्यारी विचार है कहिंदे एक भौरे नू एक चंपा ते भौरे दा आपसी संवाद होया। चंपा दे फुल नू किसे ने पुछया तेरे आले दुआले बड़े फुल ने भौरे आउंदे ने सारे फुलां ते बहिंदे पर चंपा दे फुल ते भौरा नहीं बहिंदा की कारण है। वो चंपा दे फुल नू सवाल कीता है किसे शायर ने कीता है चंपा तुझ पे तीन गुण रूप रंग अरबास क्या औगण है तुझ विखे भंवर ना बैठे पास। उन्हें आख्या चंपा तेरे च रूप भी आ रंग भी आ सुगंधी भी आ पर तेरे च ऐसा औगण की आ भी तेरे ते भौरा नहीं बहिंदा। उन्हें अगो जिहड़ा जवाब दिता बड़ा कमाल दा सी शायर मुझमें तीन गुण रूप रंग अरबास जगा जगा के मीत को कौन बठावे पास। जिहड़ा जगह जगह ते बहिंदा है जा जा के उन्हूं मैं किवें बिठा सकदा। इस करके महाराज ये गल कहिंदे सजदा कर पर जगह जगह ते नहीं इको थां ते। जिहड़ा जगह जगह ते सिर झुकाई जांदा है ना इहदा मतलब उन्हूं अजे अपने सिर की कीमत का ही नहीं पता अपने ईमान का ही नहीं पता। सिद्क कर सिजदा मन कर मकसूद जै तिर देखा तै तिर मौजूद। समझ इस गल नूं गुरु साहिब कहिंदे सिजदा वो होवे ऐसा जिहड़ा भाई नंद लाल वर्गे गुरसिख करदे ने। एक दिन धन गुरु गोबिंद सिंह महाराज अपने दीवान चो फिर वेला समा कढ के ना ते लंगर हाल वल चले गए। भाई नंद लाल जी गुरसिख प्यारे लंगर च सेवा करते इन्हें गुरु आटा गुन रहे सी आटा ते महाराज नूं आउंदिआं दसम पातशाह नूं वेख लिया ते आटे ना हाथ लिबड़े सी
ਤੇ ਜੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ ਤੇ ਹੱਥ ਥੱਲੇ ਲਾਇਆ ਤੇ ਹੱਥ ਲਿਬੜਦੇ ਸੀ। ਜਦੋਂ ਨੇੜੇ ਹੋਏ ਤੇ ਭਾਈ ਨੰਦ ਲਾਲ ਜੀ ਨੇ ਆਪਣੇ ਦੋਨੋਂ ਹੱਥ ਪਿੱਛੇ ਰੱਖ ਕੇ ਤੇ ਸਜਦਾ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਿਆ ਤੇ ਉਹਨਾਂ ਦਾ ਇਹ ਝੁਕਣਾ, ਇਹ ਮੱਥਾ ਟੇਕਣਾ ਗੁਰੂ ਗੋਬਿੰਦ ਸਿੰਘ ਨੂੰ ਬੜਾ ਪਸੰਦ ਆਇਆ। ਮਹਾਰਾਜ ਸੱਚੇ ਪਾਤਸ਼ਾਹ ਉਠਾਉਂਦੇ ਨੇ, ਪਿਆਰ ਕਰਕੇ ਗਾਲਣਾ ਲਾ ਲੈਂਦੇ ਤੇ ਨਾਲ ਕਹਿੰਦੇ, ਨੰਦ ਲਾਲ ਸਿਜਦਾ ਅੱਜ ਹੱਥ ਪਿੱਛੇ ਕਰਕੇ ਕਿਉਂ ਕੀਤਾ? ਉਹ ਆਖਣ ਲੱਗਾ, ਮਹਾਰਾਜ ਮੈਂ ਆਖਿਆ ਜੇ ਮੈਂ ਹੱਥ ਥੱਲੇ ਲਾਏ ਤੇ ਮਿੱਟੀ ਲੱਗੂ ਤੇ ਮੈਂ ਹੱਥ ਆਟੇ ਚ ਪਾਉਣੇ ਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਖਿਆ ਮੇਰੇ ਹੱਥਾਂ ਦੀ ਨਹੀਂ ਕੀਮਤ, ਮੇਰੇ ਸਿਰ ਦੀ ਕੀਮਤ ਹੈ। ਤੇ ਸਿਰ ਦੀ ਕੀਮਤ ਉਦੋਂ ਹੈ ਜਦੋਂ ਸਤਿਗੁਰੂ ਇਹ ਸਿਰ ਤੇਰੇ ਚਰਨਾਂ ਅੱਗੇ ਝੁਕ ਜਾਂਦਾ ਹੈ, ਉਦੋਂ ਇਹਦੀ ਕੀਮਤ ਹੋਰ ਪੈ ਜਾਂਦੀ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਨਮਸਕਾਰ ਦੀ ਜਾਚ ਸਿਖਾਉਂਦੇ ਆ, ਕਹਿੰਦੇ ਵੀ ਆਦ ਗੁਰ ਇਹ ਨਮ ਹੈ, ਜੁਗਾਦ ਗੁਰ ਇਹ ਨਮ ਹੈ। ਹੇ ਜੁਗਾਦ ਤੋਂ ਭਾਵ ਜਿਹੜਾ ਜੁਗਾਂ ਜੁਗਾਂਤਰਾਂ ਤੋਂ ਹੈ, ਜੁਗਾਂ ਜੁਗਾਂ ਤੋਂ ਹੈ ਵਾਹਿਗੁਰੂ ਜਿਹੜਾ ਅਕਾਲ, ਉਹਨੂੰ ਨਮਸਕਾਰ। ਸਤਿਗੁਰ ਇਹ ਨਮ ਹੈ, ਉਸ ਵਾਹਿਗੁਰੂ ਨੂੰ ਸਤਿਗੁਰ ਨੂੰ ਨਮਸਕਾਰ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ। ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੇ, ਤੈਨੂੰ ਬਾਰ ਬਾਰ ਨਮਸਕਾਰ, ਬਾਰ ਬਾਰ ਡੰਡੋਤ। ਤੇ ਜਿਹੜੇ ਜਿਨ੍ਹਾਂ ਨੂੰ ਗੁਰੂ ਨੇ ਨਮਸਕਾਰ ਕਰਨੀ ਸਿਖਾ ਦਿੱਤੀ ਹੈ ਨਾ, ਉਹਨਾਂ ਨੂੰ ਵੀ ਨਮਸਕਾਰਾਂ ਹੋਣ ਲੱਗ ਪੈਂਦੀਆਂ ਨੇ। ਇਹ ਵੀ ਗੱਲ ਸੱਚ ਹੈ, ਬਾਣੀ 'ਚ ਹੀ ਪ੍ਰਮਾਣ ਪੜ੍ਹਦੇ ਹਾਂ ਆਪਾਂ, ਅਤੇ ਸੁਖਮਨੀ ਸਾਹਿਬ ਜੀ ਸਾਨੂੰ ਇਸ ਗੱਲ ਦਾ ਹਵਾਲਾ ਮਿਲ ਜਾਂਦਾ ਆ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧਨ 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 ਜਨ ਆਇਆ, ਇਹ ਸ਼ਬਦ ਆਰੰਭ ਹੈ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਇਹ ਸੋ ਆਓ, ਜਨ ਕੇ ਸੰਗ ਚਿੱਤ ਆਵੇ ਨਾਉ। ਤੇ ਉਹ ਜਨ ਕਿੱਦਾਂ ਦਾ ਆ? ਇੱਥੇ ਜਨ ਦਾ ਅਰਥ ਹੈ ਰੱਬ ਨਾਲ ਜੁੜਿਆ ਹੋਇਆ ਬੰਦਾ, ਤੇ ਜਿਹੜਾ ਪਾਤਸ਼ਾਹ ਕਹਿੰਦਾ ਜਿਹੜਾ ਉਹ ਜਨ ਹੈ ਨਾ ਰੱਬ ਦਾ ਜੁੜਿਆ ਹੋਇਆ ਬੰਦਾ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ, ਕਿਉਂਕਿ ਉਹ ਜੁੜਿਆ ਤਾਂ ਨਮਸਕਾਰ ਉਹਨੂੰ ਹੈ। ਤੇ ਇਸ ਕਰਕੇ ਹਜ਼ੂਰ ਨੇ ਬੰਧਨਾਂ ਦਾ ਜ਼ਿਕਰ, ਨਮਸਕਾਰ ਦਾ ਜ਼ਿਕਰ ਬੜਾ ਪਿਆਰਾ ਕੀਤਾ। ਸਤਿਗੁਰ ਇਹ ਨਮ ਹੈ, ਸ਼੍ਰੀ ਗੁਰਦੇਵ ਇਹ ਨਮ ਹੈ। ਨਮਸਕਾਰ ਹੋਵੇ ਤੇ ਉਸ ਵਾਹਿਗੁਰੂ ਨੂੰ, ਸਵਾਰਥ ਕਰਕੇ ਨਹੀਂ। ਦੁਨੀਆਂ ਦੇ ਲੋਕ ਬਹੁਤ ਆਪਣੇ ਸਵਾਰਥ ਕਰਕੇ ਇੱਕ ਦੂਜੇ ਕੇ ਝੁਕਦੇ ਨੇ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜੋ ਬਗਲੂ ਸਮਾਦ ਲਗਾਈਏ, ਇਹ ਵੀ ਗੱਲ ਹਜ਼ੂਰ ਕਹਿੰਦੇ ਨੇ। ਇੱਕ ਬੜੀ ਪਿਆਰੀ ਗੱਥ ਹੈ, ਤਾਨਸੇਨ ਦਾ ਤੁਸੀਂ ਜ਼ਿਕਰ ਸੁਣਿਆ, ਹਰਦਾਸ ਦਾ ਚੇਲਾ ਸੀ, ਅਕਬਰ ਦਾ ਦਰਬਾਰੀ ਗਾਇਕ ਸੀ। ਗਵਾਲੀਅਰ ਦੇ ਕੋਲ ਇਹਦੀ ਮੌਤ ਹੋਈ ਤੇ ਉੱਥੇ ਇਹਦਾ ਮੁਕਬਰਾ ਬਣਿਆ ਹੋਇਆ ਸੀ। ਪਹਿਲਾਂ ਹਿੰਦੂ ਸੀ ਪਰ ਕਿਸੇ ਚੰਗੇ ਖੁਦਾ ਨਾਲ ਰੰਗੇ ਹੋਏ ਬੰਦੇ ਦੀ ਸੰਗਤ ਕੀਤੀ ਤੇ ਮੁਸਲਮਾਨ ਬਣ ਗਿਆ। ਔਰ ਇਸ ਬੰਦੇ ਨੇ ਜਦੋਂ ਅਜੇ ਸ਼ੁਰੂਆਤੀ ਤੌਰ 'ਤੇ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ ਸੀ ਨਾ, ਤਾਂ ਰਾਜ ਦਰਬਾਰਾਂ ਵਿੱਚ ਜਾ ਜਾ ਗਾਉਂਦਾ ਹੁੰਦਾ ਸੀ। ਇੱਕ ਦਿਨ ਅਕਬਰ ਨੂੰ ਇਹਨੇ ਇੰਨਾ ਕੁ ਰਜਾਇਆ, ਉਸ ਦਿਨ ਐਸਾ ਹੋਇਆ ਵੀ ਅਕਬਰ ਦੀ ਕਿਸੇ ਰਾਜੇ ਨਾਲ ਜੰਗ ਹੋਈ ਸੀ, ਮੁਹਿੰਮ 'ਤੇ ਸੀ, ਪਰ ਉਸ ਮੁਹਿੰਮ ਵਿੱਚ ਅਕਬਰ ਹਾਰਿਆ ਹੋਇਆ ਸੀ। ਹਾਰਿਆ ਹੋਇਆ ਥੱਕਿਆ ਹੋਇਆ ਅਕਬਰ ਜੰਗਲ ਵਿੱਚ ਬੈਠਾ ਸੀ। ਅਕਬਰ ਨੇ ਆਪਣੀ ਪਰੇਸ਼ਾਨੀ ਦੂਰ ਕਰਨ ਵਾਸਤੇ, ਸੰਗੀਤ ਦਾ ਸਹਾਰਾ ਲੈਣਾ ਵਾਸਤੇ ਉਹਨੇ ਤਾਨਸੇਨ ਨੂੰ ਕਿਹਾ ਕੁਛ ਸੁਣਾ। ਉਹਨੇ ਆਖਿਆ ਠੀਕ ਹੈ। ਤਾਨਸੇਨ ਨੇ ਐਸਾ ਰਾਗ ਗਾਇਆ ਸੁਣਾਇਆ ਵੀ ਅਕਬਰ ਇੱਕ ਵਾਰ ਤੇ ਭੁੱਲ ਗਿਆ ਵੀ ਮੈਂ ਮੁਸੀਬਤ ਵਿੱਚ ਆ, ਇੰਨਾ ਜੁੜਿਆ। ਖੁਸ਼ ਬੜਾ ਹੋਇਆ ਅਕਬਰ, ਕਹਿਣ ਲੱਗਾ ਵੀ ਚੱਲ ਤੂੰ ਹੁਣ ਜੋ ਮੰਗੇਗਾ ਤੈਨੂੰ ਦਿਆਂਗਾ। ਪਰ ਇਹ ਨਾਲ ਹੀ ਉਹਨੇ ਕਹਿ ਦਿੱਤਾ ਵੀ ਮੰਗੀ ਉਹ ਮੇਰੀ ਹੈਸੀਅਤ ਦੇਖ ਕੇ, ਕਿਉਂਕਿ ਮੇਰੇ ਕੋਲ ਇਸ ਵੇਲੇ ਕੋਈ ਰਾਜ ਦਰਬਾਰ ਨਹੀਂ ਆ,
तू भी जंगल विच है ते मैं भी जंगल विच हां, मंगी वो जो मैं दे सकां। उन्हें कहा ठीक है, जे तू देना चाहे तो मैनू अपनी पग दे दे। वो बड़ा हैरान होया, उन्हें गल कही भी मैं तेनू दे दियां पर तेरा काम हैगा या भी राज दरबार में जाना, वख वख दरबार जाके राजियां नू खुश करदा हुन्ना आ, ते पर तेनू उथे जाके सलाम भी करनी पैंदी, सजदा भी करना पैंदा, ते तू मेरी पग सिर ते रख के कईआं दर ते जाके सलाम करेगा ते मेरी तुहीन होएगी। उन्हें एक वादा किया भी मैं जदों सिर जदों मैं किसी राजे नूं सलाम करांगा ना उदों मेरे सिर उत्ते तेरी पग नहीं होएगी, ते जदों पग होएगी उदों मैं सलाम नहीं करांगा। उन्हें वादा किया, उन्हें अपनी दस्तार उतार के ते तानसेन नूं दे दित्ती। तानसेन घर चला गया। कुछ जिस राजे दे नाल इहदी झड़प होई सी अकबर दी, उहदे कोल भी तानसेन दा जाना आउणा बणिया सी, उहदे कोल भी तानसेन जाके गाउंदा हुंदा सी। तानसेन ने वेख्या भी अकबर भी बेचारा हुण मुश्किल विच है, ते उह अकबर दे कोल जाके अक्सर रोटी पानी कमा लैंदा हुंदा सी, पर अकबर ते बेचारा आप जंगल च बैठा सी लुकिया होया थोड़े समें वास्ते। उहदे घर च रोटी बड़ी औखी हो गई, तानसेन दे घर गरीबी ज्यादा सी ते रोटी दा प्रबंध औखा हो गया। इहदा छोटा जिहा बच्चा सी, उह भुख नाल विलकण लगा। इहने उह हुण अपने बच्चे दी भुख ना वेख सकिया। तानसेन दौड़ा होया अपने बच्चे दी भुख वेख के कलपया, बड़ा मन दुखी है। यह भुल गया भी हुण मेरे सिर ते अकबर दी पग भी है। भज्जा होया गया जिथे जिस नाल अकबर दी जंग होई सी, उस राजे दे दरबार जाके इन्हें सजदा कर दिता, सलाम कीती उस। ਉਹ ਜਿਸ ਦੇ ਨਾਲ ਜਿਹੜੇ ਰਾਜੇ ਦੇ ਦਰਬਾਰ 'ਚ ਸਲਾਮ ਕੀਤੀ ਉਹ ਵੇਖ ਕੇ ਹੈਰਾਨ ਹੋਇਆ ਵੀ ਪੱਗ ਤਾਂ ਅਕਬਰ ਦੀ ਹੈ, ਪਰ ਅਕਬਰ ਨੇ ਆਪਣੀ ਪੱਗ ਨੂੰ ਕਿਉਂ ਦਿੱਤੀ ਹੋਏਗੀ। ਉਹਨੇ ਤਾਨਸੇਨ ਨੂੰ ਪੁੱਛਿਆ ਕੀ ਗੱਲ ਹੈ, ਕਿਉਂ ਇੱਦਾਂ ਆਇਆ, ਤੇ ਆਹ ਪੱਗ ਤਾਂ ਅਕਬਰ ਦੀ ਹੈ। ਉਹਨੇ ਕਿਹਾ ਕਹਿੰਦਾ ਹਾਂ ਅਕਬਰ ਦੀ ਹੈ, ਤੂੰ ਆ ਕੇ ਸਜਦਾ ਕਿਉਂ ਕੀਤਾ। ਕਹਿ ਲੱਗਾ ਤੈਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਥੋੜ੍ਹਾ ਜਿਹਾ ਤੈਨੂੰ ਖਿਆਲ ਰੱਖਣਾ ਚਾਹੀਦਾ ਸੀ, ਜੇ ਤੇਰੇ ਰਾਜੇ ਨੇ ਤੈਨੂੰ ਪੱਗ ਦਿੱਤੀ ਤਾਂ ਤੂੰ ਉਹਦੀ ਪੱਗ ਨੂੰ ਦਰ ਦਰ 'ਤੇ ਨਾ ਚੁਕਾਇਆ ਕਰ, ਸਿਆਣਾ ਸੀ ਉਹ ਵੀ। ਉਹਨੇ ਤਾਨਸੇਨ ਨੇ ਗੱਲ ਕਹੀ ਹੈ ਵੀ ਮੈਂ ਆਪਣੇ ਬੱਚੇ ਦੀ ਭੁੱਖ ਨਹੀਂ ਵੇਖ ਸਕਿਆ, ਮੇਰੇ ਬੱਚੇ ਦੀ ਭੁੱਖ ਨੇ ਮੈਨੂੰ ਇਸ ਗੱਲ ਨੂੰ ਬਿਲਕੁਲ ਹੀ ਭੁਲਾ ਦਿੱਤਾ ਆ ਕਿ ਮੇਰੇ ਸਿਰ 'ਤੇ ਪੱਗ ਕਿਸ ਦੀ ਹੈ। ਉਹਨੇ ਆਖਿਆ ਮੰਨਿਆ ਆ, ਦੁੱਖਾਂ ਮੁਸੀਬਤਾਂ ਮੁਸ਼ਕਲਾਂ ਹਰ ਬੰਦੇ 'ਤੇ ਆਉਂਦੀਆਂ ਨੇ, ਪਰ ਇਨਸਾਨ ਤਾਂ ਅਸਲ ਉਹ ਹੈ ਜਿਹੜਾ ਕਿਸੇ ਦੇ ਨਾਲ ਇਹੋ ਜਿਹਾ ਵਾਅਦਾ ਕੀਤਾ ਵੀ ਸਜਦਾ ਤੇਰੇ ਦਰ 'ਤੇ ਹੀ ਹੋਏਗਾ, ਕਿਸੇ ਹੋਰ ਦਰ 'ਤੇ ਨਹੀਂ ਹੋਏਗਾ, ਫਿਰ ਇਹ ਜੇ ਕਰਨਾ ਹੀ ਸੀ ਤਾਂ ਮੈਨੂੰ ਪੱਗ ਅਕਬਰ ਦੀ ਉਤਾਰ ਕੇ ਹੀ ਕਰਦਾ, ਕਿਉਂਕਿ ਮੈਂ ਵੀ ਇੱਕ ਰਾਜਾ ਅਤੇ ਮੈਂ ਇੱਕ ਪੱਗ ਦੀ ਕਦਰ ਜਾਣਦਾ, ਅਤੇ ਮੈਂ ਇੱਕ ਰਾਜੇ ਦੀ ਪੱਗ ਹੋਣ ਦੇ ਨਾਤੇ ਤੈਨੂੰ ਇਸ ਗੱਲ 'ਚ ਸਜ਼ਾ ਦੇਣਾ ਵੀ ਜੋ ਪੱਗ ਤੂੰ ਅਕਬਰ ਕੋਲੋਂ ਲਈ ਇਹ ਵਾਪਸ ਕਰ ਉਹਨੂੰ, ਕਿਉਂਕਿ ਤੂੰ ਇਸ ਦੇ ਹੱਕਦਾਰ ਨਹੀਂ ਹੈ, ਤੂੰ ਦਰ ਦਰ 'ਤੇ ਚੁਕਾਉਣ ਵਾਲਾ ਬੰਦਾ ਹੈ, ਤੂੰ ਮਜਬੂਰੀ ਵੱਸ ਹੋ ਕੇ ਮੁਸ਼ਕਲ ਵੱਸ ਹੋ ਕੇ ਦਰ ਦਰ 'ਤੇ ਚੁਕਾ ਦੇਗਾ। ਇੱਕ ਰਾਜਾ ਬੰਦਾ ਪੱਗ ਦੀ ਕਦਰ ਕਰਨ ਵਾਲਾ ਬੰਦਾ ਦਰ ਦਰ 'ਤੇ ਪੱਗ ਨਹੀਂ ਚੁਕਾਉਂਦਾ। ਤਾਨਸੇਨ ਇਸ ਗੱਲ ਦੀ ਮਾਫ਼ੀ ਮੰਗੀ ਹੈ ਅਤੇ ਉਹਨੇ ਚਲੋ ਉਸ ਰਾਜੇ ਨੇ ਉਸਦੇ ਘਰ ਦੇ ਰੋਟੀ ਦਾ ਪ੍ਰਬੰਧ ਵੀ ਉਹਨੂੰ ਕਰ ਦਿੱਤਾ, ਪਰ ਇਸ ਗੱਲ ਦੀ ਅਗਾਂਹ ਤੋਂ ਉਹਨੂੰ ਸਿੱਖਿਆ ਦਿੱਤੀ ਹੈ ਵੀ ਜੇ ਇੱਕ ਦੇ ਅੱਗੇ ਸਿਰ ਝੁਕਾਈਏ ਮੁੜ ਕੇ ਦਰ ਦਰ 'ਤੇ ਨਹੀਂ ਝੁਕਾਈਦਾ। ਜੇ ਅਕਬਰ ਦਾ ਤੂੰ ਦਰਬਾਰੀ ਬਣ ਗਿਆ ਹੈ ਫਿਰ ਅਕਬਰ ਅੱਗੇ ਝੁਕਾਉਂਦਾ, ਅਕਬਰ ਨੂੰ ਜਾ ਕੇ ਤਰਲਾ ਕਰਦਾ, ਅਤੇ ਜ਼ਰੂਰ ਤੇਰੇ ਘਰ ਜਿੰਨਾ 'ਤੇ ਪ੍ਰਬੰਧ ਉਹਦੇ ਕੋਲ ਹੋਏਗਾ ਹੀ ਹੋਏਗਾ ਨਾ, ਕਰ ਦੇਣਾ ਸੀ ਉਹਨੇ। ਗੱਲ ਇਹ ਹੈ, ਗੁਰਮਤਿ ਵੀ ਇਹ ਗੱਲ ਸਮਝਾਉਂਦੀ ਹੈ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਕਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ।
अजे सानू पग मैं पग दा भुलावा मैंने पग दा भुलिया होया हाँ पग दा हंकार करी बैठा सिर विच हंकार पाई बैठा होया। एक गल होर है भाई वीर सिंह हुणां ने एक बड़ा सोहना जिक्र किया वह कहिंदे भी एक बार उन्होंने एक बैंत दे बूटे नू ते नदी नू जिक्र किया क्योंकि उन्हां दा सुभा रहा भाई वीर सिंह जी उन्हां दा भी उन्हां कुदरत नाल गल्लां बड़ियां कीतियां ने समुद्रां ना नदियां ना फुलां ना रुखां ना पहाड़ां ना हर एक चीज़ ना गल्लां कीतियां ने भाई वीर सिंह उन्हां ने नदी नू एक गल कही है नदीए जदों तू वहन तो टुटदी है जदों तू वहनी है वड्डे वड्डे रुखां नू जड़ां तो उखाड़ के रख दिंदी है वड्डे वड्डे घर रोड़ के लै जानी है वड्डे वड्डे पहाड़ ए पदरे कर देनी रोड़ के बनी पर की गल एक छोटा जिहा बैंत दा बूटा तेरे को पुटिया नहीं जांदा। वो नदी का अगो जवाब सी गल पता की है इस करके जेड़ा ते मेरे अगे अड़दा है उन्हूं तो मैं जड़ां तो उखाड़ दिनी हाँ वो मेरे अगे झुक जाता है तो मैं उपरों लंघ जानी हाँ ता नहीं कपुट होंदा। गुरमत यह गल कहिंदी भी हंकार आ जड़ा हंकार के आकड़दा उहदियां जड़ां पट्टियां जांदियां जड़ा झुक गया अपने मालक दे अगे रब दे अगे जड़ा झुकिया सतगुरु जी सजदा तेरे अगे है वो झुके हुए नूं बचा लैंदा है। गुरु इस करके नमस्कार करन दी जा सिखाउंदे है मालक जी मैनूं तेरे अगे मेरी तेरे अगे नमस्कार है सतगुरे नम है श्री गुरदेवे नम है श्री वाहेगुरु अकाल पुरख जी मेरी नमस्कार है तेरे चरणा में सजदा है तेनूं बार बार सतगुरु महाराज सच्चे पातशाह ने कृपा की श्लोक की ही विचार आप की है अष्टपदी की विचार कल नूं भुल्लां दे खिमा बुलाओ फतेह वाहेगुरु जी का खालसा वाहेगुरु जी की फतेह।